ਪੰਜਾਬ ਸਰਕਾਰ ਦੇ ਅੱਜ 3 ਸਾਲ ਪੂਰੇ ਹੋ ਚੁੱਕੇ ਨੇ। ਸਾਡੇ ਨਾਲ ਇੱਥੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਜੀ ਨੇ। ਕਾਂਗੜ ਸਾਹਿਬ 3 ਸਾਲ ਪੂਰੇ ਹੋ ਚੁੱਕੇ ਆ, ਗੁਣਗਣ ਬਹੁਤ ਸਾਰੀਆਂ ਗੱਲਾਂ ਅੱਜ ਸਟੇਜ ਦੇ ਉੱਤੇ ਕਹੀਆਂ ਗਈਆਂ, ਲੇਕਿਨ ਵਿਰੋਧੀ ਧਿਰ ਕਿਤੇ ਨਾ ਕਿਤੇ ਖੁਸ਼ ਨਹੀਂ ਲੱਗਦਾ। ਉਹ ਕਹਿੰਦਾ ਹਾਲੇ ਵੀ ਪੰਜਾਬ ਦੇ ਵਿੱਚ ਗੱਲਾਂ ਬਾਤਾਂ ਬਹੁਤ ਹੋ ਰਹੀਆਂ ਨੇ, ਲੇਕਿਨ ਕੰਮ ਨਹੀਂ ਹੋ ਰਿਹਾ। ਛੋਟੇ ਵੀਰ, ਕਿਤੇ ਵਿਰੋਧੀ ਖੁਸ਼ ਹੋਇਆ? ਵਿਰੋਧੀ ਤਾਂ ਹਮੇਸ਼ਾ ਨਾਰਾਜ਼ ਹੀ ਰਹਿੰਦਾ ਹੁੰਦਾ, ਦੁਸ਼ਮਣ ਕਦੇ ਨਹੀਂ ਖੁਸ਼ ਹੁੰਦਾ ਹੁੰਦਾ। ਸੋ ਜੋ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਤੁਹਾਡੇ ਨਾਲ ਗੱਲਾਂ ਕੀਤੀਆਂ, ਮੀਡੀਆ ਜਿਹੜੇ ਪੰਜਾਬ ਦੇ ਲੋਕਾਂ ਨੂੰ ਦੱਸਿਆ, ਕੱਲ੍ਹ ਨੂੰ ਤੁਸੀਂ ਅੱਜ ਚੈਨਲਾਂ ਰਾਹੀਂ ਵੀ ਦੱਸੋਗੇ, ਅਖਬਾਰਾਂ ਰਾਹੀਂ ਵੀ ਲਿਖਿਆ ਜਾਊਗਾ, ਜੋ ਕੁਛ ਬੋਲਿਆ ਉਹ ਅਵੱਸ਼ ਹੋਣਾ। ਉਹ ਕਿਹੜੀਆਂ ਕਿਹੜੀਆਂ ਉਪਲਬਧੀਆਂ ਅੱਜ? ਸਭ ਤੋਂ ਵੱਡੀ ਗੱਲ ਹੈ, ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਮਾਫੀਆ ਸੀ, ਉਹ ਕਿਸੇ ਕਿਸਮ ਦਾ ਹੋਵੇ, ਟਰਾਂਸਪੋਰਟ ਮਾਫੀਆ, ਆਪਣਾ ਰੇਤ ਮਾਫੀਆ, ਟੀਵੀ ਮਾਫੀਆ, ਉਹਨੂੰ ਅਸੀਂ ਬਿਲਕੁਲ ਜੀਰੋ ਗਰਾਊਂਡ ਤੱਕ ਅਸੀਂ ਖਤਮ ਕਰਾਂਗੇ, ਕੈਪਟਨ ਅਮਰਿੰਦਰ ਸਿੰਘ ਨੇ ਕਹਿ ਕੇ ਗਏ ਨੇ, ਔਰ ਖਤਮ ਹੋਊਗਾ। ਸਟੇਜ ਦੇ ਉੱਤੋਂ ਸੁਨੀਲ ਜਾਖੜ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਨੇ ਕਿਹਾ ਕਿ ਇਨਸਾਫ ਮਿਲਣਾ ਚਾਹੀਦਾ, ਬੇਅਦਬੀ ਦਾ ਮਸਲਾ ਇੱਕ ਵਾਰ ਫਿਰ ਤੋਂ ਉੱਠਿਆ ਸਟੇਜ ਦੇ ਉੱਤੇ। ਉਹ ਕਹਿੰਦੇ ਕਿ ਦੇਣਾ ਚਾਹੀਦਾ ਅੰਦਰ ਚੱਕ ਕੇ ਜਿਹੜੇ ਵੀ ਦੋਸ਼ੀ ਨੇ, ਜਿਹੜੇ ਵੀ ਜਨਰਲ ਡਾਇਰ। CM ਸਾਹਿਬ ਨੇ ਕਿਹਾ ਵੀ ਸੁਪਰੀਮ ਕੋਰਟ ਨੇ ਸਾਨੂੰ ਕਹਿ ਦਿੱਤਾ ਵੀ ਤੁਹਾਡੇ ਹੱਥ ਹੁਣ ਤੁਸੀਂ ਇਨਕੁਆਇਰੀ ਕਰਨੀ ਹੈ। ਉਹਨਾਂ ਨੂੰ ਹਰ ਹਾਲਤ 'ਚ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਈਬਲ ਕਾਂਡ ਦੇ ਵਿੱਚ ਜੋ ਵੀ ਦੋਸ਼ੀ ਨੇ ਉਹਨਾਂ ਨੂੰ ਸਲਾਖਾਂ ਥੱਲੇ ਪਿੱਛੇ ਜਾਣਾ ਪੈਣਾ ਹੀ ਹੈ। ਕਹਿੰਦੇ ਨੇ ਕਿ ਪੰਜਾਬ ਦੇ ਲੋਕ ਇੰਤਜ਼ਾਰ ਕਰਨੇ, ਲੋੜ ਹੈ ਪੰਜਾਬ ਦੇ ਲੋਕਾਂ ਦੇ, ਕਿਉਂਕਿ ਵੋਟਾਂ ਦੇ ਡੱਬੇ ਫੇਰ ਹੋ ਜਾਊਗਾ, ਬਹੁਤ ਜਲਦੀ ਅੰਦਰ ਚਲੇ ਜਾਣਗੇ। ਤਾਂ ਇਹ ਨੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਜੋ ਕਿ ਦਾਅਵਾ ਕਰ ਰਹੇ ਨੇ ਕਿ ਜੋ ਵੀ ਬੇਅਦਬੀ ਮਾਮਲਿਆਂ ਦੇ ਦੋਸ਼ੀ ਨੇ ਉਹਨਾਂ ਨੂੰ ਜਲਦ ਸਲਾਖਾਂ ਦੇ ਅੰਦਰ ਦਿੱਤਾ ਜਾਏਗਾ। ਹਾਲਾਂਕਿ ਅੱਜ ਸਟੇਜ ਦੇ ਉੱਤੋਂ ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀਆਂ ਦੇ ਮਸਲੇ 'ਤੇ ਬਹੁਤ ਅੱਛੇ ਕਦਮ ਚੱਕੇ ਆ, ਲੇਕਿਨ ਹਾਲੇ ਤੱਕ ਅਸੀਂ ਅੰਦਰ ਉਹਨਾਂ ਅਪਰਾਧੀਆਂ ਨੂੰ, ਉਹਨਾਂ ਦੋਸ਼ੀਆਂ ਨੂੰ ਦੇ ਨਹੀਂ ਪਾਏ ਜਿਹੜਿਆਂ ਨੂੰ ਦੇਣਾ ਚਾਹੀਦਾ ਸੀਗਾ। ਹਾਲਾਂਕਿ ਉਹਨਾਂ ਨੇ ਇਹ ਗੱਲ ਵੀ ਕਹੀ ਕਿਤੇ ਨਾ ਕਿਤੇ ਕਾਨੂੰਨ ਦੇ ਕਰਕੇ ਦੇਰੀ ਜ਼ਰੂਰ ਹੋ ਸਕਦੀ ਆ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਅਪਰਾਧੀਆਂ ਨੂੰ ਅੰਦਰ ਦੇਣਾ ਚਾਹੀਦਾ, ਜਿਹਦੀ ਮੁਖਾਲਫਤ ਅੱਜ ਸਾਰਿਆਂ ਨੇ ਕੀਤੀ ਹੈ, ਨਾਲ ਜੋ ਵੀ ਉਹਨਾਂ ਦੇ ਮੰਤਰੀ ਬੈਠੇ ਸਨ, ਵਿਧਾਇਕ ਬੈਠੇ ਸਨ। ਹਾਲਾਂਕਿ ਹੁਣ ਅਗਰ ਗੁਰਪ੍ਰੀਤ ਕਾਂਗੜ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਇਹ ਦਾਅਵਾ ਕੀਤਾ ਕਿ ਜਲਦ ਉਹ ਮੁਜ਼ਰਮ ਸਲਾਖਾਂ ਦੇ ਅੰਦਰ ਹੋਣਗੇ। ਕੈਮਰਾਮੈਨ ਦੀਪਕ ਦਿਨਾਰ, ਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।